साल 2020 ਦਾ ਅੱਜ ਆਖਰੀ ਦਿਨ ਹੈ ਤੇ ਸਾਲ ਦੇ ਆਖਰੀ ਦਿਨ ਲੋਕ ਅਕਸਰ ਜਸ਼ਨ ਮਨਾਉਂਦੇ ਹਨ ਪਾਰਟੀਆਂ ਕਰਦੇ ਹਨ ਪਰ ਇਸ ਵਾਰ ਹਾਲਾਤ ਕੁਝ ਅਲੱਗ ਹਨ ਕਰੋਨਾ ਦਾ ਸੰਕਟ ਬਰਕਰਾਰ ਹੈ ਇਸ ਕਰਕੇ ਜੇ ਤੁਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਪਾਰਟੀ ਕਰਨ ਜਾ ਰਹੇ ਹੋ ਤਾਂ ਆਪਣੇ ਸ਼ਹਿਰ ਦੀਆਂ ਸੂਬੇ ਦੀਆਂ ਗਾਈਡਲਾਈਨਸ ਜ਼ਰੂਰ ਦੇਖ ਲਓ ਕਿਉਂਕਿ ਇਸ ਵਾਰ ਕਾਫੀ ਸਖਤੀ ਦਿਖਾਈ ਗਈ ਹੈ ਗੱਲ ਆਪਾਂ ਅਗਰ ਟ੍ਰਾਈ ਸਿਟੀ ਦੀ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਦੇ ਵਿੱਚ ਛੂਟ ਦਿੱਤੀ ਗਈ ਹੈ ਪਰ ਕਿਸੇ ਵੀ ਤਰੀਕੇ ਦੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਤੁਹਾਨੂੰ ਰਾਤ ਹਵਾਲਾਤ ਦੇ ਵਿੱਚ ਬਿਤਾਉਣੀ ਪੈ ਸਕਦੀ ਹੈ ਗੱਲ ਮੋਹਾਲੀ ਦੀ ਕਰੀਏ ਤਾਂ ਮੋਹਾਲੀ ਦੇ ਵਿੱਚ ਕਿਸੇ ਵੀ ਤਰੀਕੇ ਦੀ ਨਾਈਟ ਕਰਫਿਊ ਦੇ ਵਿੱਚ ਛੂਟ ਨਹੀਂ ਦਿੱਤੀ ਗਈ ਗੱਲ ਪੰਚਕੂਲਾ ਦੀ ਕਰੀਏ ਤਾਂ ਪੰਚਕੂਲਾ ਦੇ ਵਿੱਚ ਅਜੇ ਸਪਸ਼ਟ ਗਾਈਡਲਾਈਨ ਆਉਣੀਆਂ ਬਾਕੀ ਹਨ ਇਸ ਵਿੱਚ ਲੋਕ ਅਜੇ ਕਨਫਿਊਜ਼ ਹਨ ਕਿ ਉਹ ਨਵੇਂ ਸਾਲ ਦਾ ਜਸ਼ਨ ਕਿਵੇਂ ਅਤੇ ਕਿੱਥੇ ਮਨਾਉਣ ਭਾਈ ਫਿਰ ਇਹਦਾ ਡਿਫੀਕਲਟ ਹੋਣਾ ਮਤਲਬ ਬੰਦਿਆਂ ਵਾਸਤੇ ਕਾਫੀ ਕਿਉਂਕਿ ਸਾਰੇ ਚਾਹੁੰਦੇ ਕਿ ਨਵਾਂ ਸਾਲ ਮਤਲਬ ਕਿ ਮਨਾਉਣਾ ਵਗੈਰਾ ਪਰ ਕੁਛ ਲੋਕ ਆਇਆ ਕਰਦੇ ਤਾਂ ਹੁਣ ਮਤਲਬ ਕਾਫੀ ਰਸ਼ ਪਿਆ ਵਾ ਮਾਰਕੀਟ 'ਚੋਂ ਵੀ ਨਾ ਸੀ ਮਤਲਬ ਕਿ ਮਾਰਕੀਟ ਸ਼ੋਪਿੰਗ ਵਗੈਰਾ ਕਰਨ ਆਇਆ ਕਰਦੇ ਪਰ ਵਾਪਸੀ 'ਚ ਫਿਰ ਦਿੱਕਤ ਹੋਈ ਨਹੀਂ ਪਰ ਦੇਖੋ ਵੀ ਹੁਣ ਜਿੱਦਾਂ ਮੋਹਾਲੀ ਦੇ ਵਿੱਚ ਹੁਣ ਜਿੱਦਾਂ ਵੀ ਕਰਫਿਊ ਲੱਗਦਾ ਪਿਆ ਅਤੇ ਉੱਥੋਂ ਵੀ ਲੋਕਾਂ ਨੂੰ ਜਿੱਦਾਂ ਵੀ ਜੇ ਜਿਨ੍ਹਾਂ ਦਾ ਜੇ ਤਾਂ ਈਜ਼ੀ ਹੁੰਦਾ ਆ ਆਉਣਾ ਅਤੇ ਚੰਡੀਗੜ੍ਹ ਦੇ ਵਿੱਚ ਜਿੱਦਾਂ ਈਜ਼ੀ ਆ ਦੇਖੋ ਹੁਣ ਨਵਾਂ ਸਾਲ ਹੈ ਇਹ ਸਾਲ ਬਾਅਦ ਹੀ ਆਉਂਦਾ ਜਿੱਦਾਂ ਮਨਾਉਣਾ ਹਰ ਇੱਕ ਨੇ ਹੁੰਦਾ ਵਾ ਅਤੇ ਆਈ ਥਿੰਕ ਉਹਨਾਂ ਨੂੰ ਜਿੱਦਾਂ ਵੀ ਕਿ ਬੈਟਰ ਪਲੇਸ 'ਤੇ ਜਾ ਕੇ ਉਹਨਾਂ ਨੂੰ ਜਿੱਦਾਂ ਵੀ ਮਨਾਉਣਾ ਚਾਹੀਦਾ ਜਿੱਦਾਂ ਵੀ ਮੋਹਾਲੀ ਦੇ ਵਿੱਚ ਤਾਂ ਹੁਣ ਜਿੱਦਾਂ ਵੀ ਹੋ ਨਹੀਂ ਸਕਦਾ ਇੱਦਾਂ ਕੁਝ ਜਿੱਦਾਂ ਵੀ ਉੱਥੇ ਨਾਈਟ ਕਰਫਿਊ ਲੱਗਾ ਜੇ ਉਹਨਾਂ ਨੇ ਵੀ ਕਰਨਾ ਤਾਂ ਉਹ ਫਿਰ ਜਿੱਦਾਂ ਵੀ ਇਨ ਅਰਲੀ ਡੇ ਦੇ ਵਿੱਚ ਜਿੱਦਾਂ ਕੋਈ ਨਾ ਕੋਈ ਮਨਾ ਸਕਦੇ ਜਿੱਦਾਂ ਨਾ ਪਰ ਮਨ 'ਚ ਕਨਫਿਊਜ਼ ਗੱਲ ਹੈਗੀ ਜਿੱਦਾਂ ਵੀ ਪਰ ਜੇ ਉਹਨਾਂ ਨੇ ਨਾਈਟ ਨੂੰ ਮਨਾਉਣਾ ਤਾਂ ਫਿਰ ਤਾਂ ਜਿੱਦਾਂ ਵੀ ਚੰਡੀਗੜ੍ਹ ਦੇ ਵਿੱਚ ਆ ਸਕਦੇ ਆ ਜਿੱਦਾਂ ਮਨਾਉਣਾ ਅਤੇ ਜੇ ਤਾਂ ਜਿੱਦਾਂ ਵਾਪਸੀ ਦਾ ਫਿਰ ਵੀ ਥੋੜ੍ਹਾ ਔਖਾ ਜਾਂ ਤਾਂ ਫਿਰ ਜਿੱਦਾਂ ਵੀ ਉਹ ਰਾਤ ਇੱਥੇ ਰਹਿ ਲੈਣ